ਖੜੇ ਸੀਗੇ ਇਹਨਾਂ ਨੇ ਕੀ ਕੀਤਾ, ਸਿੱਧਾ ਹੀ ਮਤਲਬ ਲਾ ਲਿਆ ਵੀ ਹੁਸ਼ਿਆਰੀ ਦੇ ਨਾਲ ਇਕੱਠਿਆਂ ਨੇ ਅਟੈਕ ਕਰਤਾ, ਬਰੂਦ ਦੇ ਗੋਲੇ ਸਿੱਟੇ ਗਏ ਕਿ ਜਿਹੜੇ ਅੱਖਾਂ ਚੋਂ ਅਥਰੂ ਕਹੇ ਤੇ ਵੀ ਸਿੱਟੇ ਗਏ, ਜਖਮ ਬਾਬਾ ਜੀ ਮੈਂ ਦੇਖਿਆ ਵੀ ਇੰਨਾ ਘੱਟੋ ਘੱਟ ਉਂਗਲੀ ਵਿੱਚ ਵਿੱਚ ਰਬੜ ਦੀ ਗੋਲੀ ਸੀਗੀ, ਪਤਾ ਨੀ ਜੀ ਹੁਣ ਅੰਦਰ ਤੋਂ ਪਤਾ ਲੱਗੇਗਾ ਵੀ ਕਿੱਕੜਾ ਕੱਢੀ ਹੈ। ਫੇਰ ਸਿੱਧਾ ਮਾਰਿਆ ਉਹਨਾਂ ਨੇ, ਤੁਸੀਂ ਦੇਖਿਆ ਤੁਸੀਂ ਵੀ ਤਾਂ ਨਾਲ ਸੀ, ਨਾਲ ਸੀਗੇ ਅਸੀਂ, ਰਬੜ ਦੀ ਗੋਲੀ ਜਖਮ ਥੋੜੀ ਨਾ ਕਰੂਗੀ, ਉਹ ਤਾਂ ਪਾੜ ਪਾਤਾ ਉਹਨੇ, ਉਹਨਾਂ ਨੇ ਫਾਇਰਿੰਗ ਕੀਤੀ ਹੈ ਜਦੋਂ ਵਾਪਸ ਮੁੜ ਰਹੇ ਸੀ, ਜਦੋਂ ਆਪਾਂ ਵਾਪਸ ਨਹੀਂ ਮੁੜ ਰਹੇ ਸੀ, ਖੜੇ ਸੀ ਜੀ ਉੱਥੇ, ਕੁਛ ਵੀ ਨੀ ਗੱਲ ਹੋਈ ਸੀ, ਉਹਨਾਂ ਨੇ ਆਪਣੇ ਆਪ ਫਾਇਰਿੰਗ ਸ਼ੁਰੂ ਕਰਤੀ, ਪਹਿਲਾਂ ਆਂਸੂ ਗੈਸ ਦੇ ਗੋਲੇ ਸੁੱਟੇ ਤੇ ਉਸ ਤੋਂ ਬਾਅਦ ਸਿੱਧਾ ਉਹਨਾਂ ਨੇ ਨਾਲ ਦੀ ਨਾਲ ਫੋਟੋ ਸ਼ਾਮ ਨੇ ਟਾਈਮ ਦੇਖਿਆ, ਜਿਵੇਂ ਇਹਨੇ ਟਾਈਮ ਦਿੱਤਾ ਸੀ, ਯਾਰ ਬੰਨੀ ਹੋਈ ਉੱਥੇ ਹੀ ਖੜੇ ਸੀ, ਉੱਥੇ ਹੀ ਖੜੇ ਸੀ, ਇਹ ਗੋਲੀਆਂ 1-1-47 ਚਲਾ ਰਹੇ ਆ, ਜੇ ਸਿੰਘਾਂ ਨੇ ਪੱਥਰ ਵੀ ਚਲਾਤੇ ਨੇ ਤਾਂ ਰਹਿਣਾ ਕੱਖ ਨਹੀਂ ਹੈਗਾ, ਇਹਨਾਂ ਨੂੰ ਸਾਫ਼ ਕਹਿੰਦੇ ਆ ਵੀ ਤੁਹਾਡਾ ਮਤਲਬ ਕਿਆ ਬਣਦਾ, ਤੁਸੀਂ ਕਿਸਾਨਾਂ ਦੇ, ਕਿਸਾਨਾਂ ਦੀ ਕੋਈ ਗੱਲ ਹੋ ਰਹੀ ਹੈ, ਪੰਜਾਬ ਤੱਕ ਐਕਸ਼ਨ ਕਿਉਂ ਨਹੀਂ ਲੰਦੀ, ਪੰਜਾਬ ਦੇ ਵਿੱਚ ਗੋਲੀਆਂ ਮਾਰ ਰਹੇ ਨੇ ਹਰਿਆਣੇ ਤੋਂ ਆ ਕੇ, ਵੱਡੀ ਗੱਲ ਆ, ਕਿਉਂ ਨਹੀਂ ਪੰਜਾਬ ਇੱਕ ਤਾਂ ਸਾਡੇ ਪੰਜਾਬ ਦੇ ਵਿੱਚ ਖੜੇ ਆ, ਇਹ ਹਰਿਆਣੇ ਚ ਨਹੀਂ ਖੜੇ, ਇਹ ਪੰਜਾਬ ਦੇ ਵਿੱਚ ਖੜੇ ਆ, ਇਹ ਜਿਹੜਾ ਕਹਿੰਦੇ ਨਾ ਕਿ ਪਰੇ ਆ ਪੰਜਾਬ 100 ਮੀਟਰ ਪਰੇ ਆ, ਇਹ 100 ਮੀਟਰ ਪਰੇ ਨੀਗਾ ਵੀਰ ਜੀ, ਇਹ ਪੰਜਾਬ ਦੇ ਵਿੱਚ ਅਸੀਂ ਖੜੇ ਆ, ਠੀਕ ਆ, ਇਹ ਪੰਜਾਬ ਦੇ SSP ਨੇ ਕੱਲ ਉਹਨਾਂ ਨੂੰ ਲਿਖ ਕੇ ਪਾਇਆ ਕਿ ਇੱਥੇ ਡਰੋਨ ਨਹੀਂ ਉੱਡਣੇ ਚਾਹੀਦੇ, ਉਹਦਾ ਵੀ ਖੱਟਰ ਸਾਹਿਬ ਨੇ ਉਹ ਕੀਤਾ ਕਿ ਲੈ ਇਹ ਇੱਦਾਂ ਕਿੱਦਾਂ, ਇਹ ਕਿਹੜਾ ਪਾਕਿਸਤਾਨ ਆ, ਇਹ ਪਾਕਿਸਤਾਨ ਆ ਫਿਰ ਜਿਹੜਾ ਇਹਨਾਂ ਨੇ ਕੀਤਾ। ਤੇ ਬਾਬਾ ਜੀ ਉਹੀ ਗੱਲ ਆ ਨਾ, ਕਿਸਾਨ ਆਗੂ ਵੀ ਕਹਿੰਦੇ ਸੀ ਕਿ ਭਾਈ ਸ਼ਾਂਤੀ ਰਹੋ, ਸ਼ਾਂਤੀ ਬਣਾ ਕੇ ਰੱਖੀ ਗਈ, ਅਸੀਂ ਫਿਰ ਹੁਣ ਸਾਰੀ ਫੋਨ ਲਾ ਮੰਨ ਕੇ ਸ਼ਾਂਤੀ ਹੈ ਨਾ, ਕਿਸੇ ਨੇ ਕੋਈ ਹੁੱਲੜਬਾਜੀ ਕੀਤੀ, ਸਾਰੇ ਆਪਣਾ ਪ੍ਰਸ਼ਾਦਾ ਛੱਕ ਕੇ ਅਰਦਾਸ ਕਰ ਰਹੇ, ਸਾਰਾ ਕੁਝ ਕਰ ਰਹੇ ਆ, ਠੀਕ ਹੈ ਜੀ, ਤੁਸੀਂ ਆਪ ਦੱਸੋ, ਤੁਸੀਂ ਆਪ ਗਵਾਹ ਗੱਲਬਾਤ ਕਰ ਰਹੇ, ਗੋਲੀ ਚਲਾ ਕੇ ਨਾ, ਮਤਲਬ ਆਂਸੂ ਗੈਸ ਦੇ ਗੋਲੇ, ਟਾਈਮ ਦਿੱਤਾ ਸੀ 8 ਵਜ ਗਏ, ਨਾਲ ਦੀ ਨਾਲ ਆਂਸੂ ਗੈਸ ਦੇ ਗੋਲੇ ਛੱਡੇ, ਠੀਕ ਹੈ ਜੀ, ਨਾਲ ਦੀ ਨਾਲ ਪੱਕੀਆਂ ਗੋਲੀਆਂ ਮਾਰੀਆਂ। ਹੋ ਸਕਦਾ ਕੋਈ ਇਧਰੋਂ ਕਿਉਂਕਿ ਆ ਕੇ ਇਨਫੋਰਮੇਸ਼ਨ ਲੈ ਜਾਂਦੇ ਨੇ, ਬਹੁਤ ਸਾਰੇ ਲੈ ਜਾਂਦੇ ਆ, ਮਤਲਬ ਫਿਰ 8 ਵਜੇ ਦਾ ਇਹਨਾਂ ਨੇ ਗੋਲੀਆਂ ਮਾਰ, ਮਤਲਬ ਇਹਦਾ ਤਾਂ ਕੁਝ ਨਹੀਂ, 8 ਵਜੇ ਦੀ ਉਡੀਕ ਕਰ ਰਹੇ ਸੀ, ਉਡੀਕ ਕਰ ਰਹੇ ਸੀਗੇ ਕਦੋਂ 8 ਵਜਣ ਤੇ ਕਦੋਂ ਅਸੀਂ ਕੁਛ ਨਾ ਕੁਛ ਕਰੀਏ, ਠੀਕ ਹੈ। ਪਹਿਲਾਂ ਕਿੰਨੇ ਗੋਲੇ ਛੱਡੇ ਉਹਨਾਂ ਨੇ? ਪਹਿਲਾਂ ਬਾਈ ਜੀ 5-7 ਗੋਲੇ ਇਹਨਾਂ ਨੇ ਛੱਡੇ ਮਾਰੇ, 18 ਗੋਲੇ ਗਿਰੇ ਹੋਣੇ ਹੁਣ, ਔਰ ਉੱਤੇ ਬਾਅਦ ਗੋਲੀਆਂ ਗਿਰੀਆਂ ਗਿਰੀਆਂ, ਲੱਗ ਛੱਡ ਰਹੇ, ਲੱਗ ਮਾਰੇ। ਹੁਣ ਬਾਬਾ ਜੀ ਅਗਲਾ ਦੇਸ਼ ਕੀ ਆ? ਹੁਣ ਅਗਲਾ ਦੇਸ਼ ਆਈ ਆ ਵੀ ਲਾਮ ਬੰਦ ਹੋ ਕੇ ਇਹਨਾਂ ਪਰ ਇਕੱਠੇ ਹੀ ਪਈਏ, ਇਕੱਠਾ ਅਟੈਕ ਕਰਾਂਗੇ, ਹੁਣ ਇਹਨਾਂ ਹੁਣ ਚਲਾਓ ਗੋਲੀ, ਅਸੀਂ ਪੱਥਰ ਮਾਰ ਮਾਰ ਕੇ ਇਹਨਾਂ ਨੂੰ ਮਾਰ ਦੇਣਗੇ, ਸਾਰਾ ਪੰਜਾਬ ਖਤਮ ਕਰ ਦੇਣਗੇ ਕਿਤੇ ਗੋਲੀਆਂ ਮਾਰ ਕੇ, ਕਿੰਨੀਆਂ ਕੁ ਗੋਲੀਆਂ ਇਹਨਾਂ ਕੋਲ, ਸਾਰਾ ਪੰਜਾਬ ਕਿਤੇ ਖਤਮ ਕਰ ਦੇਣਗੇ। ਹੋਰ ਗੱਲ